ਇਹ ਕੋਈ ਕੰਮ ਨਹੀਂ ਹੁੰਦਾ ਕਦੇ ਦੀ ਰਹਿੰਦੀ ਹੈ ਟਿੱਕੀ ਜੁੱਤੀ ਪਾ ਲਾ ਇਹ ਤਾਂ ਪਾਣੀ ਸਿੱਧੀ ਆ ਨਹੀਂ ਪਾਣੀ ਨਿੱਕੀ ਨਿੱਕੀ ਅਰੇ ਰੱਬਾ ਨੀ ਇਹ ਕਿਉਂ ਅੰਦਰ ਗਈ ਨੀ ਦਾਦੀ ਆ ਗਈ ਹੈ ਕੌਣ ਨਾ ਕਿਵੇਂ ਹਾਲ ਹਾਲ ਕਰਦੀਆਂ ਫਿਰਦੀਆਂ ਨੇ ਅਸ ਤੋਂ ਚੁੰਨੀਆਂ ਵੀ ਲਾਤੀਆਂ ਕੁੜੀਆਂ ਨੂੰ ਕੁੜੀਆਂ ਵਾਂਗੂ ਰਹਿਣਾ ਚਾਹੀਦਾ ਸਾਰਾ ਪਿੰਡ ਸਿਰ ਤੇ ਚੱਕ ਰੱਖਿਆ ਕੱਲ ਨੂੰ ਸਹੁਰੇ ਜਾਉਂਗੀ ਉੱਥੇ ਕੀ ਕਰੋਂਗੀ ਆ ਜਾ ਆਪਦੇ ਆਪਦੇ ਘਰੀ ਸ਼ੁਕਰ ਆ ਬੇਬੀ ਚਲੀ ਗਈ ਨਹੀਂ ਤਾਂ ਸਾਨੂੰ ਘਰ ਹੀ ਛੱਡ ਕੇ ਆਉਣਾ ਸੀ ਖੜੇ ਹੋ ਜਾਓ ਦਾਦੀ ਨੂੰ ਤਾਂ ਕੰਮ ਹੀ ਨਹੀਂ ਹੋਰ ਕੋਈ ਗੋੜਾਲੀ ਕੱਚਕ ਆਈ ਇੱਕ ਮਿੰਟ ਆਇਆ ਭੈਣੇ ਆ ਚੱਕ ਵੀ ਮੁੰਡਾ ਦਵਾ ਦਾ ਬਾਬੇ ਦਾ ਸਮਾਨ ਛੱਡ ਕੇ ਬਾਬਾ ਜੀ ਮੈਂ 4 ਮਹੀਨੇ ਦਾ ਰਾਸ਼ਨ ਤੁਹਾਡਾ ਬੰਨਤਾ ਤੇ ਜਾ ਕੇ ਮੌਜ ਲਓ ਸਾਰਾ ਸਿਆਲ ਠੀਕ ਹੈ ਉਹ ਦੇਖੀ ਦੇਖੀ ਧਿਆਨ ਨਾਲ ਬੱਚਾ ਧਿਆਨ ਨਾਲ ਸ਼ਾਬਾਸ਼ ਸ਼ਾਬਾਸ਼ ਅੱਛਾ ਵੀਰੇ ਤਾਂ ਨਰੈਣਾ ਬਾਬਾ ਨਹੀਂ ਸੀ ਹਾਂ ਇਹਨੂੰ ਤੁਸੀਂ ਇੰਨਾ ਸਮਾਨ ਚਕਾਇਆ ਹੋਇਆ ਵੀ ਇਹ ਤਾਂ ਗਰੀਬਣਾ ਜਿਹਾ ਵਿਚਾਰਾ ਜਿਹੜਾ ਰੱਬ ਭੁੱਖ ਦਿੰਦਾ ਉਹ ਦਾਣੇ ਵੀ ਦਿੰਦਾ ਭੈਣੇ ਨਾ ਦਾਣੇ ਖਰੀਦਣ ਵਾਸਤੇ ਵੀ ਤਾਂ ਪੈਸੇ ਚਾਹੀਦੇ ਹੁੰਦੇ ਨੇ ਹਾਂ ਭੈਣੇ ਆਪੇ ਜਰੀਏ ਬਣ ਜਾਂਦੇ ਆ ਇੱਕ ਹੈ ਰੱਬ ਦਾ ਨੇਕ ਬੰਦਾ ਜਿਹੜਾ ਹਰ ਮਹੀਨੇ ਮੈਨੂੰ ਪੈਸੇ ਦੇ ਕੇ ਜਾਂਦਾ ਇਹੋ ਜਿਹਾ ਬੇਸਹਾਰਾ ਬਜ਼ੁਰਗਾਂ ਦਾ ਚੁੱਲ੍ਹਾ ਚਲਾਉਣ ਲਈ ਤੇ ਵੀਰੇ ਉਹ ਗੋੜਾ ਲਿਖ ਚ ਕਾਈ ਕਿ ਨਹੀਂ ਹਲੇ ਹਾਂ ਉਹ ਨਹੀਂ ਆਈ ਵੀਰੇ ਸਿਆਲ ਆ ਗਿਆ ਕਦ ਲੈ ਕੇ ਆਉਣੀ ਮੈਂ ਕਿਹਾ ਸੀ ਕਹਿਣਾ ਨਹੀਂ ਮੰਨਦੇ ਛੇਤੀ ਮੰਗਾ ਦੀ ਆ ਜੂਗੀ ਭਾਈ ਆ ਜੂ ਅੱਛਾ ਅੱਛਾ ਚੌਥੀ ਨੂੰ ਮੇਰੇ ਵੀਰੇ ਦਾ ਵਿਆਹ ਤੁਹਾਡੇ ਚ ਕੌਣ ਕੌਣ ਆਊਗੀ ਵੋਟੀ ਵੇਖ ਰਹੇ ਆਪਾਂ ਸਾਰੀਆਂ ਹੀ ਆਵਾਂਗੀਆਂ ਆਹੋ ਸਾਡੇ ਬਿਨਾਂ ਲਾ ਲੇਂਗੀ ਤੂੰ ਉੱਥੇ ਰੌਣਕਾਂ ਲੈ ਬੇਬੀ ਨੂੰ ਤਾਂ ਮੈਂ ਪਹਿਲਾਂ ਹੀ ਦੱਸਦਾ ਸੀਗਾ ਮੈਂ ਤਾਂ ਕਾਦੀ ਤਿਆਰੀ ਖਿੱਚੀ ਬੈਠੀ ਆ ਸਾਡੀ ਭਾਬੀ ਤਾਂ ਬਾਹਲ ਹੀ ਸੋਹਣੀ ਆ ਜਮਾ ਹੀ ਐਕਟਰਨੀਆਂ ਵਰਗੀ ਆ ਸਾਡੇ ਪਿੰਡ 'ਚ ਤਾਂ ਐਡੀ ਸੋਹਣੀ ਕੋਈ ਹੋਣੀ ਨਹੀਂ 5 ਟੈਚੇ ਆਏ ਨੇ ਇੱਕ ਬੇਟੀ ਹੈ ਭਰੀ ਪਈ ਹੈ 5 ਸੂਟ ਤਾਂ ਮੇਰੇ ਲਈ ਨੇ ਚੱਲ ਦੇਖੀ ਹੁਣ ਮੂੰਹ ਤਾਂ ਦਿਖਾ ਦੇ ਠਹਿਰ ਜਾ ਗੁੱਡੀ ਭਾਬੀ ਤਾਂ ਇੱਥੇ ਹੀ ਹੈ ਇਹਨੇ ਕਿਹੜਾ ਮੁੜ ਜਾਣਾ ਹੈ ਤੁਮੋ ਵੇਖ ਵੀ ਲੈਣ ਦੇ ਹੁਣ